ਸਤੰਬਰ ਤੋਂ ਜਿਹੜੀ ਸਾਡੀ ਅੱਜ ਦੀ ਹੜਤਾਲ ਕੀਤੀ ਗਈ ਆ ਇਹ ਸਾਡੀ ਲਗਾਤਾਰ ਜਿਹੜੀਆਂ ਸਾਡੀਆਂ ਮੰਗਾਂ ਬੜੀ ਦੇਰ ਤੋਂ ਲਟਕਦੀਆਂ ਆ ਰਹੀਆਂ ਔਰ ਸਰਕਾਰ ਵੱਲੋਂ ਇਹ ਮੰਗਾਂ ਜਿਹੜੀਆਂ ਸਾਡੀਆਂ ਮੀਟਿੰਗਾਂ ਦੇ ਵਿੱਚ ਮੰਨੀਆਂ ਵੀ ਜਾ ਚੁੱਕੀਆਂ ਪਰ ਉਹਨੂੰ ਜਿਹੜਾ ਵਾ ਅਸਲੀ ਰੂਪ ਨਹੀਂ ਦਿੱਤਾ ਜਾ ਰਿਹਾ ਉਹ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਦੇ ਵਿਰੋਧ ਵਜੋਂ ਅਸੀਂ ਦੋ ਦਿਨ ਦਾ ਜਿਹੜਾ ਵਾ 27 ਅਤੇ 28 ਤਰੀਕ ਦਾ ਬੰਦ ਦਾ ਜਿਹੜਾ ਵਾ ਸੱਦਾ ਦਿੱਤਾ ਹੈ ਆਪਣਾ ਅਤੇ ਉਹ ਅਸੀਂ ਬੰਦ ਕਰਕੇ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਸਾਡੀਆਂ ਮੰਗਾਂ ਮੇਨ ਵੇਖੋ ਜੀ ਇੱਕ ਤਾਂ ਸਾਡਾ 5% ਜਿਹੜਾ ਪਿਛਲੀ ਸਰਕਾਰ ਵੇਲੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਨਹੀਂ ਸਾਡਾ ਲਾਗੂ ਹੋ ਰਿਹਾ ਸਾਡੇ ਮੁਲਾਜ਼ਮਾਂ 'ਤੇ ਜਿਹੜੀਆਂ ਵਾ ਨਜਾਇਜ਼ ਕੰਡੀਸ਼ਨਾਂ ਲਾ ਕੇ ਜਿਹੜਾ ਉਹਨਾਂ ਨੂੰ ਰਿਪੋਰਟਾਂ ਕੀਤੀਆਂ ਬਲੈਕਲਿਸਟ ਹੋਏ ਘਰਾਂ ਵਿੱਚ ਬੈਠੇ ਨੇ ਅਤੇ ਹੋਰ ਕਿਲੋਮੀਟਰ ਬੱਸਾਂ ਦਾ ਜਿਹੜਾ ਵਿਰੋਧ ਕਰਨਾ ਵਾ ਕਿਉਂਕਿ ਇੱਕ ਪਾਸੇ ਤਾਂ ਸੀ ਐੱਮ ਸਾਹਿਬ ਵਿਧਾਨ ਸਭਾ ਵਿੱਚ ਇਹ ਬਿਆਨ ਦਿੰਦੇ ਨੇ ਵੀ ਪਿਛਲੀਆਂ ਸਰਕਾਰਾਂ ਨੇ ਵਿਚੋਲੇ ਵਿੱਚ ਪਾ ਰੱਖੇ ਸੀ ਆਪਣੇ ਅਤੇ ਠੇਕੇਦਾਰੀ ਸਿਸਟਮ ਜਿਹੜਾ ਵਾ ਆਪਾਂ ਇਹਨੂੰ ਸੁਧਾਰਨਾ ਆ ਦੂਜੇ ਪਾਸੇ ਜਿਹੜਾ ਵਾ ਆਪ ਹੀ ਅਸੀਂ ਪ੍ਰਾਈਵੇਟ ਘਰਾਣਿਆਂ ਦੀਆਂ ਬੱਸਾਂ ਵਿੱਚ ਪਾ ਕੇ ਅਤੇ ਜਿਹੜਾ ਵਾ ਅਸੀਂ ਸਰਕਾਰ ਦਾ ਜਿਹੜਾ ਨੁਕਸਾਨ ਕਰ ਰਹੇ ਹਾਂ।